ਗ੍ਰੀਟਿੰਗਸ ਐਵਰੀਵਨ, ਅੱਜ ਅਸੀਂ ਗੱਲ ਕਰਾਂਗੇ ਸਰਜਰੀ ਤੋਂ ਬਾਅਦ ਦੀ ਜਿਹੜੀ ਦੇਖਭਾਲ ਜਾਂ ਪੋਸਟ ਆਪਰੇਟਿਵ ਕੇਅਰ ਬਾਰੇ। ਸੋ ਪੋਸਟ ਆਪਰੇਟਿਵ ਕੇਅਰ ਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਮੁੱਖ ਹੁੰਦੀਆਂ ਨੇ। ਨੰਬਰ ਇੱਕ, ਜਿਹੜਾ ਜ਼ਖਮ ਹੈ ਜਿੱਥੇ ਟਾਂਕੇ ਲੱਗੇ ਨੇ ਉਹਨਾਂ ਦੀ ਜਿਹੜੀ ਦੇਖਭਾਲ ਕਿਸ ਤਰ੍ਹਾਂ ਕੀਤੀ ਜਾਵੇ, ਜਾਂ ਮਰੀਜ਼ ਨੇ ਆਪਰੇਸ਼ਨ ਤੋਂ ਬਾਅਦ ਕੀ ਖਾਣਾ ਕੀ ਨਹੀਂ ਖਾਣਾ, ਜਾਂ ਕਿ ਮਰੀਜ਼ ਕੰਮ ਜਿਹੜਾ ਹੈਗਾ ਉਹ ਕਿੰਨਾ ਕਰ ਸਕਦਾ ਕਿੰਨਾ ਨਹੀਂ ਕਰ ਸਕਦਾ। ਸੋ ਜੇ ਅਸੀਂ ਗੱਲ ਕਰੀਏ ਕਿ ਜਨਰਲ ਗਾਈਡਲਾਈਨਸ ਕੀ ਹੁੰਦੀਆਂ ਨੇ, ਜਨਰਲ ਗਾਈਡਲਾਈਨਸ ਬੜੀਆਂ ਸਿੰਪਲ ਨੇ ਕਿ ਜਿੱਥੋਂ ਟਾਂਕੇ ਲੱਗੇ ਨੇ ਉਸ ਟਾਂਕੇ ਵਾਲੀ ਥਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਅਤੇ ਉੱਥੇ ਰੋਜ਼ਾਨਾ ਆਪਣੀ ਪੱਟੀ ਜਿਹੜੀ ਹੈ ਉਹ ਚੇਂਜ ਕਰਨੀ ਹੈ। ਆਪਰੇਸ਼ਨ ਤੋਂ ਬਾਅਦ ਆਮ ਤੌਰ 'ਤੇ ਜਿਸਾ ਜਿਸਾ ਸਮਾਂ ਬੀਤਦਾ ਉਸ ਥਾਂ 'ਤੇ ਦਰਦ ਜਿਹੜਾ ਉਹ ਘਟਦਾ ਜਾਂਦਾ। ਜੇ ਉਸ ਥਾਂ 'ਤੇ ਦਰਦ ਜਿਹੜਾ ਉਹ ਵਧੇ ਤਾਂ ਆਪਣੇ ਡਾਕਟਰ ਨੂੰ ਅਸੀਂ ਜਾ ਕੇ ਜ਼ਰੂਰ ਦਿਖਾਉਣਾ, ਕਿਉਂਕਿ ਉਹਦੇ ਅੰਦਰ ਕਿਤੇ ਨਾ ਕਿਤੇ ਕੋਈ ਰਸਾਵ ਜਾਂ ਕੋਈ ਰੇਸ਼ਾ ਬਣਨ ਦੇ ਅੰਦਾਸ਼ਾ ਹੋ ਸਕਦਾ ਹੈ। ਦੂਸਰਾ ਮਰੀਜ਼ਾਂ ਦਾ ਸਵਾਲ ਹੁੰਦਾ ਜੀ ਕਿ ਅਸੀਂ ਕੀ ਖਾਈਏ। ਸੋ ਆਮ ਤੌਰ 'ਤੇ ਜੇ ਕੋਈ ਆਂਤੜੀ ਦਾ ਆਪਰੇਸ਼ਨ ਨਹੀਂ ਕੀਤਾ ਗਿਆ ਹੈ, ਮੰਨ ਲਓ ਅਸੀਂ ਦੂਰਬੀਨ ਦਾ ਆਪਰੇਸ਼ਨ ਕੀਤਾ ਹੈ, ਪਿੱਤੇ ਦੀ ਪੱਥਰੀ ਦਾ ਕੀਤਾ ਜਾਂ ਹਰਨੀਆਂ ਦਾ ਕੀਤਾ ਹੈ ਜਾਂ ਕੋਈ ਅਪੈਂਡਿਕਸ ਦਾ ਕੀਤਾ ਹੈਗਾ, ਅਸੀਂ ਇਹਨਾਂ ਪੇਸ਼ੈਂਟਸ ਨੂੰ ਨੋਰਮਲੀ ਕਹਿੰਦੇ ਹਾਂ ਕਿ ਤੁਸੀਂ ਜੋ ਤੁਹਾਡਾ ਸਰੀਰ ਬਚਾ ਸਕਦਾ ਤੁਸੀਂ ਉਹ ਖਾ ਸਕਦੇ ਹੋ। ਕੁਝ ਖਾਸ ਕਿਸਮ ਦੇ ਖਾਣੇ ਦੀ ਮਨਾਹੀ ਕਿਸੇ ਤਰੀਕੇ ਦੇ ਨਾਲ ਨਹੀਂ ਹੁੰਦੀ। ਹਾਂ, ਇਹਦੇ ਜ਼ਰੂਰੀ ਇਹ ਹੁੰਦਾ ਕਿ ਅਸੀਂ ਬਾਹਰ ਦੇ ਖਾਣੇ ਜਾਂ ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਚੀਜ਼ਾਂ ਦਾ ਪਰਹੇਜ ਕਰਨਾ। ਇਹਦੇ ਨਾਲ ਹੀ ਅਸੀਂ ਨਸ਼ੀਲੇ ਪਦਾਰਥਾਂ ਦਾ ਜਿਵੇਂ ਕਿ ਸ਼ਰਾਬ ਜਾਂ ਸਿਗਰਟ ਨੋਸ਼ੀ ਤੋਂ ਵੀ ਪਰਹੇਜ ਰੱਖਣਾ ਹੈ। ਇਹ ਬੜੇ ਇੰਪੋਰਟੈਂਟ ਫੈਕਟਰ ਨੇ ਜਿਨ੍ਹਾਂ ਤੋਂ ਅਸੀਂ ਓਪਰੇਸ਼ਨ ਤੋਂ ਬਾਅਦ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੁੰਦਾ ਹੈ। ਅਗਲੀ ਗੱਲ ਮਰੀਜ਼ਾਂ ਦਾ ਜਿਹੜਾ ਨੈਕਸਟ ਸਵਾਲ ਹੁੰਦਾ ਜੀ ਕਿ ਅਸੀਂ ਕੰਮ 'ਤੇ ਕਦੋਂ ਜਾ ਸਕਦੇ ਹਾਂ। ਦੂਰਬੀਨੀ ਓਪਰੇਸ਼ਨ ਤੋਂ ਬਾਅਦ ਜਿਸ ਤਰ੍ਹਾਂ ਪੇਸ਼ੈਂਟ ਨੂੰ ਠੀਕ ਲੱਗਦਾ ਕਿ ਉਹ ਤੁਰ ਫਿਰ ਸਕਦਾ ਹੈ, ਆਪਣੀ ਰੋਜ਼ਮਰ੍ਹਾ ਦੇ ਕੰਮ ਕਰ ਸਕਦਾ ਹੈ, ਉਹ ਆਪਣੇ ਕੰਮ 'ਤੇ ਜਾ ਸਕਦਾ ਹੈ। ਹਾਂ, ਜੇ ਇਹੀ ਓਪਰੇਸ਼ਨ ਚੀਰੇ ਨਾਲ ਹੋਇਆ ਤਾਂ ਡੈਫੀਨੇਟਲੀ ਉਹਨੂੰ ਘੱਟੋ ਘੱਟ 15-20 ਦਿਨ ਦਾ ਆਰਾਮ ਦੀ ਜਿਹੜੀ ਹੈ ਉਹ ਲੋੜ ਪੈ ਸਕਦੀ ਹੈ। ਭਾਰੀ ਚੀਜ਼ ਚੱਕਣ ਵਾਸਤੇ ਦੂਰਬੀਨੀ ਓਪਰੇਸ਼ਨ ਤੋਂ ਬਾਅਦ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਕਿ ਤੁਸੀਂ 10 ਦਿਨ ਬਾਅਦ 12 ਦਿਨ ਬਾਅਦ ਆਪਣਾ ਕੋਈ ਵਜ਼ਨੀ ਕੰਮ ਜਿਹੜਾ ਕਰਨਾ ਚਾਹੋ ਉਹ ਕਰ ਸਕਦੇ ਹੋ, ਬਸ਼ਰਤੇ ਕਿ ਜੇ ਓਪਰੇਸ਼ਨ ਹਰਨੀਆਂ ਵਾਸਤੇ ਨਹੀਂ ਹੋਇਆ। ਜੇ ਹਰਨੀਆਂ ਦਾ ਓਪਰੇਸ਼ਨ ਹੋਇਆ ਉਹਦੇ ਵਿੱਚ ਉਹਨਾਂ ਨੇ 6 ਹਫ਼ਤੇ ਤੋਂ 2 ਮਹੀਨੇ ਤੱਕ ਦਾ ਪਰਹੇਜ਼ ਜਿਹੜਾ ਉਹ ਰੱਖਣਾ ਹੁੰਦਾ ਹੈ। ਇਹੀ ਓਪਰੇਸ਼ਨ ਜੇ ਦੂਰਬੀਨ ਨਾਲ ਛੱਡ ਕੇ ਚੀਰੇ ਨਾਲ ਹੋਇਆ ਤਾਂ ਹਰ ਭਾਰੀ ਚੀਜ਼ਾਂ ਨੂੰ ਚੱਕਣ ਦੀ ਮਨਾਹੀ 3 ਮਹੀਨੇ ਤੱਕ ਅਸੀਂ ਐਡਵਾਈਸ ਯੂਜਲੀ ਕਰ ਦਈਦੀ ਹੈ। ਸੋ ਮੋਟੇ ਤੌਰ 'ਤੇ ਇਹ 2-4-5 ਗੱਲਾਂ ਹੁੰਦੀਆਂ ਨੇ ਜਿਹੜਾ ਪੇਸ਼ੈਂਟ ਨੇ ਪੁੱਛਦੇ ਨੇ ਜਿੰਨਾਂ ਬਾਰੇ ਉਹਨਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਨੇ, ਅਤੇ ਇਹ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਕਾਫੀ ਹੱਦ ਤੱਕ ਓਪਰੇਸ਼ਨ ਤੋਂ ਬਾਅਦ ਆਪਣੀ ਲਾਈਫ ਜਿਹੜੀ ਹੈ ਇੱਕ ਨੋਰਮਲ ਤੌਰ 'ਤੇ ਬਤੀਤ ਕਰ ਸਕਦੇ ਹਾਂ। ਥੈਂਕ ਯੂ।